ਯਾਰ ਧੀਆਂ ਤੋਂ ਇੰਨਾ ਕੰਮ ਲੈਣਾ, ਕਈ ਵਾਰ ਤਾਂ ਇਹਨਾਂ ਦਾ ਗੁੱਸਾ ਆ ਜਾਂਦਾ ਸੀ ਵੀ ਯਾਰ ਵੀ ਕੁੜੀਆਂ ਤੋਂ ਇੰਨਾ ਕੰਮ ਲੈਂਦੇ ਯਾਰ, ਆਪਾਂ ਘਰੇ ਭਾਂਡੇ ਵੀ ਕਹਿ ਦਿੰਦੇ ਕੁੜੀਆਂ ਤੋਂ ਨਾਮ ਜਾਓ, ਤੇ ਇਹਨਾਂ ਨੂੰ ਨੀ ਬਚ ਕੇ ਕੈਂਸਰ ਦਾ ਮਰੀਜ਼ ਆ, ਇਹਦੇ ਪੈਸੇ ਜੰਟ ਖਾ ਗਿਆ ਬਾਈ ਯਾਰ, ਤੇ ਬਾਈ ਜੇ ਤੁਸੀਂ ਯਾਰ ਬਾਈ ਦੇ ਕਢਾ ਦੇਣਾ ਇਹਦੇ ਪੈਸੇ ਨਹੀਂ ਕਢਾਉਣੇ ਤਾਂ ਦੇਖ ਅਸੀਂ ਤਾਂ ਉਪਰਾਲਾ ਹੀ ਕਰਦੇ ਨਾ, ਇਹ ਤਾਂ ਅਸੀਂ ਉਪਰਾਲਾ ਕਰਦੇ ਫੋਨ ਲਾ ਸਕਦੇ, ਜੇ ਕੋਈ ਜੰਟ ਨਹੀਂ ਕੰਮ ਕਰਦਾ ਜੀ ਤਾਂ ਸਾਫ ਗੱਲ ਕਹਿਤੀ ਵੀ ਭਾਈ ਜਾ ਕੇ ਬੋਰਡ ਕਢਾ ਕੇ ਅਗਲੇ ਦੇ ਕਢਾ ਕੇ ਨਾ ਉਹ ਸਾਰਾ 100-200 ਰੁਪਏ ਨਿਕਲ ਜਾਂਦਾ ਅੱਗਾ ਕੇ ਯਾਰ, ਉਹ ਪੱਕਾ ਪ੍ਰਿੰਟ ਨਿਕਲ ਆਉਂਦਾ, ਪ੍ਰਿੰਟਰ ਜਾ 200 ਰੁਪਏ ਨਿਕਲ ਆਉਂਦਾ, ਅਗਲੇ 10-12 ਫੋਟੋਆਂ ਪਿੰਡ 'ਚ ਕਢਾ ਕੇ ਲਾ ਦਿਓ, ਸਾਡੇ 9 ਲੱਖ ਰੁਪਇਆ ਫਸਿਆ ਵਾ। ਹੈਲੋ, ਹਾਂਜੀ ਬਾਈ, ਠੀਕ ਹੈ ਨਾ ਜੀ, ਅਸੀਂ ਚਲੋ ਨਾ ਸਿੱਧੂ ਬੋਲਦਾ ਭੈਣੇ, ਹੀਲਾ ਵਸੀਲਾ ਕਰ ਲਿਆ, ਸਾਡਾ ਹੱਲ ਨੀ ਹੋਇਆ, ਇਹਨਾਂ ਇੱਕ ਨਾ ਯਾਰ ਪੱਠੇ ਤੋਂ ਭੈਣੇ ਮਜ਼ਦੂਰ ਕੰਮ ਕਰਦਾ ਹਨਾ, ਇਹ ਕਿੰਨੇ ਰੁਪਏ ਨੇ ਬਾਈ ਤੇਰੇ? 1.5 ਲੱਖ ਰੁਪਇਆ ਭੈਣੇ, ਇਹਦਾ ਮੂੰਹ ਦੇਖੇ ਹਨਾ, ਇਹਦੀ ਭੈਣੇ ਇਹਦੀ ਘਰ ਵਾਲੀ ਨੂੰ ਕੈਂਸਰ ਆ, ਦੇਖ ਭੈਣੇ ਆਪਾਂ ਇਹਨਾਂ ਦੇ ਪੈਸੇ ਰੱਖ ਕੇ ਕਿੱਥੇ ਜਾਵਾਂਗੇ, ਆਪ ਨੂੰ ਵੀ ਕੈਂਸਰ ਆ, ਇਹਦੀ ਘਰ ਵਾਲੀ ਨੂੰ ਵੀ ਕੈਂਸਰ ਆ, ਭੈਣ ਮੇਰੀ ਇਹ ਦੇਖੋ ਇਹਨਾਂ ਇਹਦਾ ਦੇਖੋ ਪੈਸੇ ਵਾਪਸ ਕਰੋ ਹਨਾ, ਮੈਡਮ ਨਾਲ ਮੇਰੀ ਗੱਲ ਕਰਾ ਪਲੀਜ਼, ਭੈਣ ਬਣ ਕੇ ਦੇਖੇ ਗੱਲ ਸੁਣੀ, ਕਹਿੰਦੇ ਭਾਣਾ ਸਿੱਧੂ ਬੋਲਦਾ, ਮੈਂ ਕੁਛ ਨਹੀਂ ਉਹਨੂੰ ਗਲਤ ਪਰ ਉਹਨਾਂ ਕੁਛ ਨਹੀਂ ਕਹਿਣਾ, ਮੈਂ ਇੱਕ ਬੇਨਤੀ ਕਰਨੀ ਆ, ਦੇਖ ਇੱਕ ਮਿੰਟ ਮੇਰੀ ਗੱਲ ਕਰਾ ਪਲੀਜ਼, ਮੈਂ ਕੁਛ ਨਹੀਂ ਗੱਲ ਕਹਿਣੀ, ਐਡੀ ਕੋਈ ਗੱਲ ਨਹੀਂ, ਮੇਰੀ ਇੱਕ ਵਾਰੀ ਹੁਣੇ ਗੱਲ ਕਰਾ ਦੇ, ਫਿਰ ਦੇਖ ਮੇਰੇ ਕੋਲ ਹਨਾ ਕਾਫੀ ਇੱਦਾਂ ਲੋਕ ਮਿਲਣੇ ਗਿਣਨੇ ਵਾਲਾ ਹੁੰਦਾ, ਮੇਰੀ ਗੱਲ ਕਰਾ ਦਿਓ ਪਲੀਜ਼, ਕਰਾਈ ਭੈਣੇ ਪਲੀਜ਼ ਕਰਾਈ, ਕੈਂਸਰ ਆ ਬਾਈ ਤੇਰੇ ਘਰ ਵਾਲੇ ਨੂੰ? ਮੈਨੂੰ ਯਾਰ ਅਗਲੇ ਦੀ ਤਾਂ ਦੁਕਾਨਦਾਰੀ ਹੈ, ਉਹਨਾਂ ਨੇ ਤਾਂ ਠੱਗਣਾ ਦੱਸਿਆ ਇੱਕ ਨਾ ਆਹ ਕੈਂਸਰ ਦਾ ਮਰੀਜ਼ ਆ, ਇਹਦੀ ਵਾਈਫ ਨੂੰ ਵੀ ਕੈਂਸਰ, ਕੈਨੇਡਾ ਭੇਜਣ ਦੇ ਨਾਤੇ ਉਹਨਾਂ ਨੂੰ 1.5 ਲੱਖ ਰੁਪਇਆ ਲੈ ਲਿਆ, 1.5 ਲੱਖ ਰੁਪਇਆ ਲੈ ਲਿਆ, ਭੈਣ ਮੇਰੀ ਕਿਉਂ ਦੇਖੀ ਇਹਨਾਂ ਦੇ ਘਰੇ ਕੈਂਸਰ ਆ, ਇਹ ਵਿਚਾਰਾ ਇੱਥੇ ਸ਼ਾਂਸ, ਅਤੇ ਮੈਡਮ ਨੂੰ ਦੱਸਿਆ ਸੀਗਾ ਤੁਸੀਂ, ਤੁਹਾਡੇ ਇਮੀਗ੍ਰੇਸ਼ਨ ਨੇ ਲੈਤਾ, ਭੈਣ ਮੇਰੀ ਇਹ ਮੈਂ ਤੈਨੂੰ ਗੱਲ ਦੱਸਾਂ, ਮੇਰੇ ਕੋਲ ਕੈਨੇਡਾ ਤੋਂ ਬੰਦੇ ਵੀ ਆਏ, NRI ਬੈਠੇ ਨੇ ਗੇ ਮੇਰੇ ਘਰੇ, ਦੇਖ ਲਾ ਤੂੰ ਵੀਡੀਓ ਕਾਲ ਕਰ ਲਾ ਮੈਨੂੰ ਹੈ ਨਾ, ਮੈਨੂੰ ਸਾਰਾ ਕੁਛ ਪਤਾ ਭੈਣ ਮੇਰੀ, ਕਿਵੇਂ ਵੀਜ਼ੇ ਲੱਗਦੇ ਨੇ, ਨਹੀਂ ਵੀਜ਼ੇ ਲੱਗਣੇ ਕਿਉਂ,